ਜਾਵੇ ਤੇ ਭਾਵਾਂ ਕੱਲ ਪੈ ਜਾਵੇ। ਦੁੱਧ ਪੱਠੀ ਤੇ ਧਰੋ ਤੇ ਦੁੱਧ ਦਾ ਉੱਬਲਣਾ ਨਿਸ਼ਚਿਤ, ਤੇ ਲੋਕਾਂ ਚ ਰੋਸ ਆ ਜਾਏ, ਆਕਰੋਸ਼ ਆ ਜਾਏ ਤੇ ਦਿੱਲੀ ਦੀਆਂ ਸਰਕਾਰਾਂ ਦਾ ਉਲਟਣਾ ਵੀ ਨਿਸ਼ਚਿਤ ਹੈ। ਇਹ ਲਿਖ ਲਓ। ਔਰ ਰੋਸ ਕਾਹਦਾ ਹੈ ਸਮਝਣਾ ਭਾਈ, ਮੁਝੇ ਅੱਜ 5-7 ਮਿੰਟ ਦੇਣਾ, ਮੈਂ ਧੁੱਕੀ ਨਿਕਾਲ ਦੂੰਗਾ ਇਨਕੀ ਪਰ 5-7 ਮਿੰਟ ਦੇ ਦੂੰਗਾ। ਰੋਸ ਕਾਹਦਾ ਹੈ? ਰੋਸ ਕਿਸਾਨ ਦੀ ਘਟਦੀ ਇਨਕਮ ਦਾ ਹੈ, ਉਹਦੀ ਘਟਦੀ MSP ਦਾ ਹੈ। ਔਰ ਅੱਜ ਉਹਨੂੰ ਉਹਦੀ MSP ਨੂੰ ਖੋਣ ਦਾ ਖਤਰਾ ਪੈ ਗਿਆ, ਉਹਦੀ ਖੋਣ ਦੇ ਡਰ ਦੇ ਨਾਲ ਅੱਜ ਕਿਸਾਨ ਇੰਨਾ ਜ਼ਿਆਦਾ ਘਬਰਾਇਆ ਹੋਇਆ ਔਰ ਸੜਕਾਂ ਦੇ ਉੱਤੇ ਆਇਆ ਹੋਇਆ। ਕੀ ਪੰਜਾਬ ਨੂੰ ਗ੍ਰੀਨ ਰੈਵੋਲਿਊਸ਼ਨ ਚਾਹੀਦੀ ਸੀ? ਕਿ ਪੰਜਾਬ ਨੂੰ ਹਰੀ ਕ੍ਰਾਂਤੀ ਚਾਹੀਦੀ ਸੀ? ਪੰਜਾਬ ਰੱਜਿਆ ਪੁੱਜਿਆ ਸੀ? ਪੰਜਾਬ ਨੂੰ ਨਹੀਂ ਚਾਹੀਦੀ, ਹਿੰਦੁਸਤਾਨ ਨੂੰ ਚਾਹੀਦੀ ਸੀ। ਇਸ ਦੇਸ਼ ਦੇ ਲਈ ਅੰਨ ਪੈਦਾ ਕਰਕੇ ਅੰਨਦਾਤਾ ਬਣਿਆ ਪੰਜਾਬ ਦਾ ਕਿਸਾਨ, ਉਹਦੀ ਪੱਗ ਉੱਚੀ ਅੱਜ ਕਰਨੀ ਆ ਅਸੀਂ। ਕਿ ਪੰਜਾਬ ਨੂੰ ਇਹ MSP ਦੀ ਲੜਾਈ ਕਿਉਂ ਲੜਨੀ ਪਈ? ਕਿਉਂਕਿ ਪੰਜਾਬ ਦੇ ਕਿਸਾਨ ਨੂੰ ਘੱਟ MSP ਦੇ ਕੇ 80 ਕਰੋੜ ਲੋਕਾਂ ਦਾ, 80 ਕਰੋੜ ਗਰੀਬਾਂ ਦਾ ਪੇਟ ਭਰਿਆ ਇਹ ਸੈਂਟਰ ਦੀ ਸਰਕਾਰ ਨੇ। ਤੇ ਅੱਜ ਅਹਿਸਾਨ ਫਰਾਮੋਸ਼ ਹੋ ਗਈ ਇਹ ਸੈਂਟਰ ਦੀ ਸਰਕਾਰ। ਅੱਜ ਸਾਡਾ ਕਿਸਾਨ ਮਾਰਨ ਦੇ ਉੱਤੇ, ਸਾਡੀ ਪੱਕੀ ਇਨਕਮ ਨੂੰ ਖੋਣ ਦੇ ਉੱਤੇ ਤੁਲ ਗਈ ਹੈ ਇਹ ਸਰਕਾਰ। ਇਹ ਸਰਕਾਰ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਸਾਰਾ ਕੁਝ ਦੇਣਾ ਚਾਹੁੰਦੀ ਹੈ, ਗੰਨੇ ਚੂਪਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ। ਟਕਾ ਕੇ ਠੋਕੋ, ਟਕਾ ਕੇ ਧੱਕੇ ਨਾਲ ਪਾਸ ਕੀਤੇ ਕਾਲੇ ਕਾਨੂੰਨ, ਇਹ ਕਾਲੀ ਪੱਗ ਦੇ ਨਾਲ ਵਿਰੋਧ ਕਰਦਾ ਮੈਂ ਇਹਦਾ, ਬਗੈਰ ਕਿਸੇ ਡਿਬੇਟ ਦੇ ਪਾਸ ਕੀਤੇ ਕਾਨੂੰਨ। ਇਹ ਸਾਡੇ ਫੈਡਰਲ ਸਟਰਕਚਰ ਦੇ ਉੱਤੇ, ਇਹ ਸਾਡੀ ਜਿਹੜੀ ਡਾਇਵਰਸਿਟੀ ਹੈ ਕਿ ਅੱਡ ਅੱਡ ਸੂਬਿਆਂ ਦੇ ਵਿੱਚ ਅੱਡ ਅੱਡ ਮਸਲੇ ਨੇ, ਅੱਡ ਅੱਡ ਲੋਕ ਨੇ, ਅੱਡ ਅੱਡ ਭਾਸ਼ਾਵਾਂ ਨੇ, ਪਰ ਅਸੀਂ ਸਾਰੇ ਇਕੱਠੇ ਹਾਂ। ਇਹ ਉਸ ਭਾਵਨਾ ਦੇ ਉੱਤੇ ਅਟੈਕ ਹੈ ਜੋ ਭਰਾ ਨਹੀਂ ਹੈ ਭਾਵੋਂ ਸੇ ਬੈਤੀ, ਜਿਸ ਮੇਰਾ ਸਥਾਰ ਨਹੀਂ ਉਹ ਹਿਰਦੇ ਨਹੀਂ ਹੈ ਪੱਥਰ ਹੈ, ਜਿਸ ਮੇ ਦੇਸ਼ ਕਾ ਪਿਆਰ ਨਹੀਂ ਪੰਜਾਬ ਕਾ ਪਿਆਰ ਨਹੀਂ ਉਹ ਪੱਥਰ ਹੈ। ਇਹ ਸਾਡੇ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਰਹੇ ਹੈ, ਇਹ ਸਾਨੂੰ ਕੁਰਲਾ ਰਹੇ ਹੈ, ਸਾਡੀ ਇਨਕਮ। ਆ ਬੈਠਾ ਮਨਪ੍ਰੀਤ ਭਾਜੀ, ਆ ਬੈਠਾ, ਇਹਨੂੰ ਪੁੱਛੋ 5000 ਕਰੋੜ ਰੁਪਈਆ ਆਉਂਦਾ ਸੀ ਮੰਡੀਆਂ ਚੋਂ, ਪਿਛਲੇ ਸਾਲ 5000 ਕਰੋੜ ਆਉਣਾ ਸੀ, 30000 ਆੜਤੀਆ ਇਹਨਾਂ ਨੇ ਬਰਬਾਦ ਕਰ ਦੇਣਾ। 5 ਲੱਖ ਮਜ਼ਦੂਰ ਉਹਦੀ ਪੱਗ ਲਾ ਕੇ ਥੱਲੇ ਸਿੱਟ ਦੇਣੀ ਹੈ, ਉਹਦਾ ਅਸਤਿਤਵ ਮਿਟਾ ਦੇਣਾ ਇਹਨਾਂ ਨੇ। ਇਹ ਲੋਕ ਬਾਪ ਦਾਦਿਆਂ ਦਾ, ਮੇਰੇ ਬਾਪ ਦਾਦਾ ਨੇ ਮਿਲ ਕੇ ਇਹ ਇਨਫਰਾਸਟ੍ਰਕਚਰ ਬਣਾਇਆ, ਇਹ ਮੰਡੀਆਂ ਬਣਾਈ। ਔਰ ਪੁੱਛੋ ਪੁੱਛੋ ਇਸ ਸੈਂਟਰ ਕੀ ਸਰਕਾਰ ਸੇ ਕਿ ਜਹਾਂ ਮੰਡੀਆਂ ਨਹੀਂ ਹੈ ਵਹਾਂ ਕਿਸਾਨ ਲੇਬਰ ਕਰ ਰਿਹਾ ਹੈ, ਲੇਬਰ ਕਰ ਰਿਹਾ ਕਿਸਾਨ ਉੱਥੇ, ਤੇ ਸਾਡੀਆਂ ਮੰਡੀਆਂ ਖੋ ਲੈਣਗੇ ਤੇ ਫਿਰ ਮੈਨੂੰ ਦੱਸੋ ਅਸੀਂ ਕਿੱਥੇ ਜਾਵਾਂਗੇ, ਅਸੀਂ ਕੀ ਕਰਾਂਗੇ। ਮੈਂ ਅੱਜ ਕਹਿ ਰਿਹਾ ਕਿ ਅਮਰੀਕਾ ਦਾ ਫੇਲ ਹੋਇਆ ਸਿਸਟਮ, ਯੂਰਪ ਦਾ ਫੇਲ ਹੋਇਆ ਸਿਸਟਮ ਸਾਡੇ ਤੇ ਥੋਪ ਰਹੇ ਨੇ, ਇਹ ਮਰ ਰਹੇ ਨੇ ਸਾਡੇ ਉੱਤੇ। ਉਹਨਾਂ ਥਾਵਾਂ ਤੇ ਇੰਡਸਟਰੀਲਾਈਜੇਸ਼ਨ ਸੀ, ਪਰ ਸਾਡੇ ਕੋਲ ਅੱਜ ਕੱਖ ਵੀ ਹੈ ਨਹੀਂ, ਕੱਖ ਵੀ ਹੈ ਨਹੀਂ ਸਾਡੇ ਕੋਲ, ਰੋਜ਼ਗਾਰ ਕਿੱਥੋਂ ਆਊਗਾ। ਔਰ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਵੇਂ ਅਹਿਮਦ ਸ਼ਾਹ ਅਬਦਾਲੀ ਜਦੋਂ ਆਇਆ ਸੀ ਨਾ, ਉਦੋਂ ਕਹਿੰਦੇ ਉਹਨੇ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ, ਤੁਸੀਂ ਤਿਆਰ ਹੋ ਜਾਓ ਜੇ ਆਪਾਂ ਲੜੇ ਨਾ, ਜੇ ਆਪਾਂ ਇਕੱਠੇ ਹੋ ਕੇ ਨਾ ਕਾਲੇ ਕਾਨੂੰਨਾਂ ਦਾ ਵਿਰੋਧ ਨਾ ਕੀਤਾ, ਤੇ ਕਹਾਂਗੇ ਖਾਧਾ ਪੀਤਾ ਲਾਹੇ ਦਾ, ਬਾਕੀ ਅੰਬਾਨੀ ਤੇ ਅਡਾਨੀ ਦਾ। ਸਰਕਾਰਾਂ ਨੂੰ ਕਹਿੰਦੀ ਆ ਅੰਬਾਨੀ ਅਡਾਨੀ, ਨਾਚ ਮੇਰੀ ਬੁਲਬੁਲ ਕੇ ਪੈਸਾ ਮਿਲੇਗਾ, ਕਹਾਂ ਕਦਰਦਾਨ ਹਮਾਰੇ ਜੈਸਾ ਮਿਲੇਗਾ। ਠੋਕੋ ਤਾੜੀ, ਟਕਾ ਕੇ ਪੂੰਜੀਪਤੀ ਵੱਡੇ ਵੱਡੇ ਅੰਬਾਨੀ, ਉਹ ਫੌਜ ਲੈ ਕੇ ਆਉਣਗੇ ਵਕੀਲਾਂ ਦੀ, ਉਹ ਵਕੀਲਾਂ ਦੀ ਫੌਜ ਲੈ ਕੇ 2 ਏਕੜ ਵਾਲੇ ਕਿਸਾਨ ਦੇ ਨਾਲ ਕਿੱਦਾਂ ਸਮਝੌਤਾ ਕਰਨਗੇ, ਕਿੱਦਾਂ ਕੰਟਰੈਕਟ ਕਰਨਗੇ, ਇਹ ਮੈਨੂੰ ਕੋਈ ਸਮਝਾ ਦੇ। ਇਸ ਦੇਸ਼ ਦੀ ਨੂੰ ਪੂੰਜੀਪਤੀ ਚਲਾ ਰਹੇ ਆ, ਇਸ ਦੇਸ਼ ਕੋ ਪੂੰਜੀਪਤੀ ਚਲਾ ਰਹੇ, ਮੈਂ ਡੰਕੇ ਕੀ ਚੋਟ ਪੇ ਕਹਿਤਾ ਹੂੰ। ਕਿਸਾਨ ਕੋ ਦੇਤੇ ਹੋ ਤੋ ਕਹਤੇ ਹੋ ਸਬਸਿਡੀ, ਔਰ ਅਮੀਰੋਂ ਕੋ 5 ਲੱਖ ਕਰੋੜ ਛੋੜਤੇ ਹੋ, 10-10 ਲੱਖ ਕਰੋੜ ਦੇ ਕੇ ਭਗਾ ਦੇਤੇ ਹੋ, ਉਸਕੋ ਕਹਤੇ ਹੋ ਇਨਸੈਂਟਿਵ। ਵਾ ਤੇਰੇ ਬੱਲੇ ਹੋ ਤੇਰੇ, ਉਹ ਇਨਸੈਂਟਿਵ ਹੈ ਔਰ ਇਹ ਸਬਸਿਡੀ ਹੈ। ਦਿੱਤਾ ਕੀ ਹੈ ਤੁਸੀਂ? ਰੈਵਨਿਊਜ ਫੋਰਗੋਨ ਕੇ ਨਾਮ ਪੇ ਸਰਕਾਰ ਹਰ ਸਾਲ 5-5 ਲੱਖ ਕਰੋੜ ਇਨ ਪੂੰਜੀਪਤੀਓ ਕੋ ਛੋੜਤੀ ਹੈ। ਕਿਸਾਨ ਕੋ ਕਿਆ ਦਿਆ? ਕਿਸਾਨ ਕੋ ਕੁਛ ਨਹੀਂ ਦਿਆ। ਔਰ ਮੈਂ ਅੱਜ ਇਹ ਟਕਾ ਕੇ ਗੱਲ ਕਹਿਣਾ ਚਾਹੁੰਦਾ ਕਿ ਜੇ ਅੱਜ ਇਹ ਸਾਨੂੰ ਹਰਿਆਣਾ ਨਹੀਂ ਟੱਪਣ ਦਿੰਦੇ, ਜੇ ਅੱਜ ਸਾਡੇ ਤੇ ਪਾਣੀ ਦੀਆਂ ਬਾਛਣਾਂ ਮਾਰਦੇ ਆ,
ਆ ਜਾਖੜ ਸਾਹਿਬ ਨੇ ਖਾਧੀਆਂ ਤੇ ਪੰਜਾਬ ਤਾਂ ਜਿੱਤਦਾ ਤਾਂ ਜਿੱਤਦਾ ਪੰਜਾਬ ਸਾਡੀ ਸਰਕਾਰ ਤਾਂ ਜਿੱਤਦੀ ਹੈ ਜੇ ਅੰਬਾਨੀ ਤੇ ਅਡਾਨੀ ਅਸੀਂ ਪੰਜਾਬ 'ਚ ਵੜਨ ਨਾ ਦਈਏ ਅਸੀਂ ਨਹੀਂ ਵੜਨ ਦਿੰਦੇ ਇਹਨਾਂ ਨੂੰ ਅਸੀਂ ਨਹੀਂ ਆਉਣ ਦਿੰਦੇ ਸਾਡੀ ਜਿੱਤ ਤਾਂ ਹੈ ਇਹ ਪੰਜਾਬੀਅਤ ਦੇ ਖਿਲਾਫ ਹੈ 10 ਏਕੜ ਵਾਲੇ ਕਿਸਾਨ ਨੂੰ ਅੱਡ ਰੇਟ ਦੇਣਗੇ 2 ਏਕੜ ਵਾਲੇ ਕਿਸਾਨ ਨੂੰ ਇਹ ਅੱਡ ਰੇਟ ਦੇਣਗੇ ਇਹ ਵੰਡ ਦੇਣਗੇ ਪੰਜਾਬ ਤਾਂ ਕਹਿੰਦਾ ਹੈ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬਹੁ ਅਸੀਂ ਇਕੱਠੇ ਹਾਂ ਅਸੀਂ ਸਾਰੇ ਹਰ ਧਰਮਾਂ ਦੇ ਨਾਲ ਇਕੱਠੇ ਹਾਂ ਇਹ ਵੰਡ ਦੇਣਗੇ ਪੰਜਾਬੀਅਤ ਦੇ ਬੋੜ ਨੂੰ ਇਹ ਟੱਕ ਲਾ ਦੇਣਗੇ ਮਕਾ ਦੇਣਗੇ ਮੈਂ ਅੱਜ ਇੱਕੋ ਗੱਲ ਕਹਿਣੀ ਹੈ ਔਰ ਮੈਂ ਰਾਹੁਲ ਜੀ ਦਾ ਔਰ ਕਾਂਗਰਸ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਕਿਉਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਜਿਹੜਾ ਸੰਵਿਧਾਨ ਦਾ ਕਾਨੂੰਨ ਹੈ ਆਰਟੀਕਲ 254 ਦੇ ਤਹਿਤ ਸੋਨੀਆ ਜੀ ਨੇ ਹਦਾਇਤ ਦਿੱਤੀ ਹੈ ਸਾਰੇ ਚੀਫ ਮਿਨਿਸਟਰਾਂ ਨੂੰ ਕਿ ਤੁਸੀਂ ਇਹਨਾਂ ਕਾਨੂੰਨਾਂ ਦੇ ਖਿਲਾਫ ਅਸੈਂਬਲੀ ਬੁਲਾਓ ਔਰ ਉੱਥੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਪੰਜਾਬ ਦੇ ਕਾਨੂੰਨ ਬਣਾਓ ਆਪਦੇ ਕਾਨੂੰਨ ਬਣਾਓ ਔਰ ਕਹੋ ਤੁਹਾਨੂੰ ਵੜਨ ਨਹੀਂ ਦਿਆਂਗੇ ਔਰ MSP ਕਿਸਾਨ ਦੀ ਘਟਣ ਦੇ ਦਿਆਂਗੇ ਉਨੀ ਨੂੰ MSP ਦਿਆਂਗੇ ਠੋਕੋ ਤਾੜੀ ਟਗਾ ਮੈਂ ਧੰਨਵਾਦੀ ਹਾਂ ਮੈਂ ਧੰਨਵਾਦ ਕਰਦਾ ਕਾਂਗਰਸ ਪ੍ਰੈਜ਼ੀਡੈਂਟ ਦਾ ਔਰ ਇਹ ਵੀ ਕਹਿੰਦਾ ਕਿ ਸੈਸ਼ਨ ਬੁਲਾਓ ਆਪਣੇ ਕਾਨੂੰਨ ਬਣਾਓ ਹੋ ਸਕਦਾ ਕਿ ਪ੍ਰੈਜ਼ੀਡੈਂਟ ਜਿਹੜਾ ਉਹ ਪਾਜੀ ਅੱਜ ਨਾ ਰੋਕ ਉਹ ਮੈਂ ਕਿਹਾ ਘੋੜੇ ਨੂੰ ਇਸ਼ਾਰਾ ਬਹੁਤ ਹੁੰਦਾ ਹੈ ਬਾਕੀ ਕਹਿੰਦੇ ਲੱਤਾਂ ਮਾਰੀ ਪਹਿਲਾਂ ਵੀ ਬਿਠਾਈ ਰੱਖਿਆ ਸੀ ਇਹ ਜਿਹੜਾ ਕਾਨੂੰਨ ਹੈ ਜੇ ਅਸੀਂ ਅਸੈਂਬਲੀ 'ਚ ਪਾਸ ਕਰਕੇ ਭੇਜਿਆ ਇਹ ਸਾਡੀ ਜ਼ਿੰਮੇਦਾਰੀ ਵੀ ਹੈ ਔਰ ਕਿਸਾਨ ਦੀ ਪੱਗ ਦਾ ਸਵਾਲ ਹੈ ਔਰ ਇਹ ਅਗਰ ਅਸੀਂ ਪ੍ਰੈਜ਼ੀਡੈਂਟ ਕੋਲ ਭੇਜਿਆ ਔਰ ਪ੍ਰੈਜ਼ੀਡੈਂਟ ਨੇ ਨਾ ਵੀ ਕਰਤੀ ਤਾਂ ਵੀ ਸਾਡੀ ਜਿੱਤ ਹੈ ਕਿਉਂਕਿ ਸਰਕਾਰ ਨੰਗੀ ਹੋ ਕੇ ਖੜੀ ਹੋ ਸਰਕਾਰ ਨੰਗੀ ਕਰਨੀ ਹੈ ਅਸੀਂ ਸਰਕਾਰੀਆ ਕਮਿਸ਼ਨ ਦੀ ਗੱਲ ਕਰੇ ਵੀ ਜੇ ਕਚਹਿਰੀਆਂ 'ਚ ਜਾਵਾਂਗੇ ਤੇ ਸਰਕਾਰੀਆ ਕਮਿਸ਼ਨ ਇਹ ਕਹਿੰਦਾ ਹੈ ਕਿ ਸੈਂਟਰ ਨੂੰ ਆਰਟੀਕਲ 249 ਦਿੱਤੀ ਹੈ ਉਹ ਕਿਸੇ ਵੀ ਸਟੇਟ ਲਿਸਟ ਦੀ ਗੱਲ ਦੇ ਉੱਤੇ ਕਾਨੂੰਨ ਬਣਾ ਸਕਦਾ ਹੈ ਅਸੀਂ ਲੜੀਏ ਅਸੀਂ ਕੋਰਟਾਂ ਕਚਹਿਰੀਆਂ 'ਚ ਵੀ ਲੜੀਏ ਹਰ ਥਾਂ 'ਤੇ ਲੜੀਏ ਐਂਟਰੀ 33-34 ਨਾਲ ਵੀ ਲੜੀਏ ਔਰ ਸਟੇਟਾਂ ਦੇ ਅਧਿਕਾਰਾਂ ਦੀ ਗੱਲ ਕਰੀਏ ਲੇਕਿਨ ਮੈਂ ਇਹ ਕਹਿੰਦਾ ਕਿ ਪਿਆਰੇ ਪੰਜਾਬੀਓ ਜੇ ਅਸੀਂ ਕੈਨੇਡਾ ਵਸਾਤਾ ਜੇ ਅਸੀਂ ਅਮਰੀਕਾ ਵਸਾਤਾ ਜੇ ਅੱਜ ਅਸੀਂ ਵਿਦੇਸ਼ਾਂ ਦੇ ਵਿੱਚ ਆਪਣੀ ਧਾਕ ਜਮਾਈ ਹੋਈ ਹੈ ਤੇ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਅਸੀਂ ਆਪਣੀ ਧਾਕ ਨਹੀਂ ਜਮਾਵਾਂਗੇ ਮੈਂ ਇਹ ਕਹਿੰਦਾ ਕਿ ਜੇ 60% ਕਿਸਾਨੀ ਦਾ ਕਿੱਤਾ ਪੰਜਾਬ ਦੇ ਵਿੱਚ ਜੇ ਅੱਜ ਕਿਸਾਨ ਦੀ ਤੂਤੀ ਬੋਲਦੀ ਹੈ 70% ਲੋਕ ਕਿਸਾਨ ਨੇ ਫਿਰ ਆਰਥਿਕ ਆਧਾਰ ਕਿਸੇ ਅੰਬਾਨੀ ਔਰ ਅਡਾਨੀ ਦਾ ਕਿਉਂ ਹੋਵੇ ਪੰਜਾਬ ਦੇ ਵਿੱਚ ਕਿਸਾਨ ਦੀ ਕਿਉਂ ਨਾ ਚੱਲੇ ਮੈਂ ਕਹਿੰਦਾ ਕਿ ਸਭ ਤੋਂ ਵੱਡਾ ਸਵਾਲ ਰਾਹੁਲ ਜੀ ਸਭ ਸੇ ਬੜਾ ਸਵਾਲ ਇਹ ਹੈ ਕਿ ਇਹ ਹਮੇ ਸ਼ੰਭੂ ਬਾਰਡਰ ਕੇ ਆਗੇ ਜਾਣੇ ਨਹੀਂ ਦੇਤੇ ਯੇ ਹਮੇ ਮਨਜ਼ੂਰੀ ਨਹੀਂ ਦੇਂਗੇ ਇਹ ਕਾਨੂੰਨ ਵਾਪਸ ਅਗਰ ਨਹੀਂ ਲੇਤੇ ਤੋ ਸਭ ਸੇ ਬੜਾ ਸਵਾਲ ਹੈ ਕਿ ਹਮ ਕਿਆ ਕਰੇਂਗੇ ਵਾਟ ਸ਼ੁੱਡ ਬੀ ਡਨ ਐਂਡ ਵਾਟ ਸ਼ੈਲ ਵੀ ਡੂ ਦੈਟ ਇਜ਼ ਦੀ ਬਿਗ ਕੁਐਸਚਨ ਉਸ ਤੋਂ ਵੱਡਾ ਕੋਈ ਸਵਾਲ ਨਹੀਂ ਵੀ ਅਸੀਂ ਕੀ ਕਰਾਂਗੇ ਮੈਂ ਕਹਿੰਦਾ ਕਿ ਜੇ ਕਿਸਾਨ ਦੀ MSP ਤੁਸੀਂ ਦੁੱਧ 'ਤੇ ਦੇ ਸਕਦੇ ਹੋ ਜੇ ਦੁੱਧ ਚੱਕ ਸਕਦੇ ਹੋ ਤੇ ਜੇ ਹਿਮਾਚਲ ਦੀ ਸਰਕਾਰ ਸੇਬ 'ਤੇ MSP ਦੇ ਸਕਦੀ ਹੈ ਤੇ ਫਿਰ ਕਿਸਾਨ ਨੂੰ MSP ਕਿਉਂ ਨਹੀਂ ਦੇ ਸਕਦੀ ਠੋਕੋ ਤਾੜੀ ਟਕਾ ਪੰਜਾਬ ਸਰਕਾਰ ਜ਼ਿੰਮੇਵਾਰੀ ਲਵੇ ਪੰਜਾਬ ਸਰਕਾਰ ਹੱਲ ਦੇਵੇ ਸਰਕਾਰਾਂ ਪਿੱਠ ਦਿਖਾਉਣ ਨੂੰ ਨਹੀਂ ਹੁੰਦੀਆਂ ਨਾ ਸਰਕਾਰਾਂ ਦਿਖਾਵੇ ਲਈ ਹੁੰਦੀਆਂ ਸਰਕਾਰਾਂ ਹੱਲ ਵਾਸਤੇ ਹੁੰਦੀਆਂ ਨੇ ਸਰਕਾਰਾਂ ਹੱਲ ਦੇਣ MSP ਦੇਣ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿ ਰਿਹਾ ਕਿ ਅੱਜ ਕੀ ਜੋ ਆਪਾਂ ਖਾਂਦੇ ਹਾਂ ਉਹ ਇੱਥੇ ਉਗਾਉਂਦੇ ਹਾਂ ਪੰਜਾਬ ਸਰਕਾਰ ਸੈਂਕੜੋ ਕਰੋੜ ਰੁਪਏ ਕੀ ਦਾਲੇ ਬਾਹਰ ਸੇ ਇੰਪੋਰਟ ਕਰ ਰਹੀ ਹੈ ਆਟਾ ਦਾਲ ਸਕੀਮ ਕੇ ਲੀਏ ਕਿਉਂ ਨਹੀਂ ਹਮ ਉਗਾ ਸਕਤੇ ਕਿਉਂ ਨਹੀਂ ਹਮ ਆਇਲ ਸੀਡਸ ਪੇ MSP ਦੇ ਸਕੇ ਕਿਸਾਨ ਨੇ ਅਗਰ ਝੋਨਾ ਲਾਇਆ ਕਿਸਾਨ ਨੇ ਅਗਰ ਕਣਕ ਲਾਈ ਉਹ ਬਹੁਤ ਸਿਆਣਾ ਸੀ ਕਿਉਂਕਿ ਉਸੇ ਰਾਈਸ ਪੇ MSP ਮਿਲਤੀ ਥੀ ਉਹ MSP ਲੇਤਾ ਥਾ ਇਸ ਲਈ ਉਹ ਉਗਾਤਾ ਥਾ ਇਸ ਲਈ ਉਹ ਡਾਈਵਰਸੀਫਿਕੇਸ਼ਨ ਨਹੀਂ ਕਰ ਸਕਾ ਲੇਕਿਨ ਅੱਜ ਇਹ ਮੌਕਾ ਹੈ ਕਿ ਹਮ ਆਇਲ ਸੀਡ ਉਗਾ ਸਕਤੇ ਹੈ ਹਮ ਦਾਲੇ ਉਗਾ ਸਕਤੇ ਹੈ ਹਮ ਆਜ ਇੱਕ ਐਸਾ ਮਕਾਮ ਸੈੱਟ ਕਰ ਸਕਤੇ ਹੈ ਕਿ ਹਮ ਆਪਣੇ ਪੈਰੋਂ ਪੇ ਖੁਦ ਖੜਾ ਹੋ ਜਾਈਏ ਔਰ ਗੁਰੂ ਨਾਨਕ ਸਾਹਿਬ ਨੇ ਕਿਹਾ ਥਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀਏ ਆਪਣ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀਏ ਬੋਲੇ ਸੋ ਨਿਹਾਲ ਕਿਸਾਨ ਯੂਨੀਅਨਾਂ ਕੋਆਪਰੇਟਿਵ ਬਣਾਉਣ
मैं कहना किसान यूनियन कोऑपरेटिव बना कट्ठे हो जाइए, कल्ले 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 नूं वंड देणगे, लेकिन अगर कट्ठे हो जाइए तो कोऑपरेटिव बना के कट्ठे होके असी हक मंगी अपने ते एक रेट दे उत्ते असी फसल वेच सकते हैं। और मैं थोनू अज कह रहा कि सबसे पहले गारंटी मिनिमम गारंटी जो फसल पे दी थी वो कांग्रेस ने दी, ये MSP कांग्रेस ने दी थी और गारंटीड सरकारी खरीद कांग्रेस ने दी थी। फूड सिक्योरिटी एक्ट 1,080 करोड़ का यह भी कांग्रेस ने दिता सी, राहुल गांधी ने तो ठोको टका के ताड़ी। तो फिर पंजाब सरकार खुश MSP दवे, स्टोरेज दवे, स्टोरेज की कपैसिटी दवे और खुद अपने पैरों के उत्ते खड़े हो जाए। बस च भी चढ़ो ना तो बस च लिखा होंगे टका के ठोक्यो, सवारी अपने समान की आप जिम्मेवार है, ठोको टका के ठोको है कि नहीं। इस करके पंजाब एकता और किसान एकता यह नारा नहीं, यह दिशा निर्देश है, यह साडा मार्गदर्शन करू इस तूफान दे विच, ए सानू चानण मनारा बन के राह दिखाऊ। मैं अपने भरावां नू रिक्वेस्ट करदा कि जड़ियां मैनुफैक्चरिंग ऑर्गेनाइजेशन ने वह कट्ठिया होकर कोऑपरेटिव बनान और अपनी फसल का दाम आप फिक्स करन। मैं ये हक कमेटी दे विच पहले ही सुझाव दे चुके हाँ CM साहब नू। इस करके असी एक जागरूक तरीके की लड़ाई लड़ीए। मैं धन्नवादी हाँ तुहाडा सारिआं दा। और अखीर दे विच एक शेर दे नाल फिर ना कहना सिद्धू आया सी ते शेर नहीं सुनाया, टका के सुनाना तुहानू शेर। मैं अपनी बाणी नू विराम दिना और मैं तुहानू टका के कहना कि दरबार वतन में जब एक दिन सब जाने वाले जाएंगे, कि जदों दरबार वतन के दरबार च जाते हैं ना कुछ अपनी कजा होंदी है मौत, कुछ अपनी कजा को पहुंचेंगे, कुछ अपनी सजा को पाएंगे। ऐ खाक नशीनों उठ बैठो, अब वक्त कहां आन पहुंचा है जब दिल्ली के तख्त गिराए जाएंगे और ताज उछाले जाएंगे, तख्त गिराए जाएंगे और ताज उछाले जाएंगे। बढ़ते भी चलो, चलते भी चलो, बाजू भी बहुत हैं, सर भी बहुत, बढ़ते ही रहो, बढ़ते ही रहो कि अब डेरे मंजिल ही पे डाले जाएंगे, मंजिल ही पे डाले जाएंगे। मैं धन्यवाद करदा साडे रहनुमा साडे रहबर राहुल गांधी जी का, मैं धन्यवाद करदा जाखड़ साहब का, साडे सरप्रस्त हरीश रावत जी का मैं धन्यवाद करदा, CM अमरिंदर सिंह जी का मैं धन्यवाद करदा कि तुसीं इस स्टेज के उत्ते मैनूं बोलण का मौका दिता। चक दिओ फट्टे, नप दिओ किली, अड़ा दिओ तोते, पा दिओ मूछे, बात खत्म, खटैक। बहुत बहुत धन्यवाद जी। मैं हुण